ਕਿਸਾਨ ਸਾਥੀਓ ਇਸ ਵੀਡੀਓ ਦੇ ਵਿੱਚ ਕਣਕ ਕਿੰਨੀ ਡੂੰਗੀ ਕਿਹੜੇ ਤਰੀਕੇ ਨਾਲ ਕਿੰਨੀ ਡੂੰਗੀ ਬੀਜਣੀ ਹੈ ਇਹਦੇ ਬਾਰੇ ਮੈਂ ਇਸ ਵੀਡੀਓ 'ਚ ਗੱਲ ਕਰਦਾ ਹਾਂ। ਪਰੰਤੂ ਆਪਾਂ ਤੇ ਸੋਚਦੇ ਹਾਂ ਕੀ ਫਰਕ ਪੈਂਦਾ ਹੈ ਨਾ ਪੂਰਾ ਡੂੰਗੀ ਕਰ ਦਈਏ ਤਾਂ ਕੀ ਹੋਊਗਾ ਕਿਉਂਕਿ ਖੇਤ ਖੁਸ਼ਕ ਹੈ। ਕਈ ਵਾਰੀ ਡੂੰਗਾ ਜਾਣਾ ਪੈਂਦਾ ਹੈ। ਤੇ ਕਈ ਵਾਰੀ ਆਪਾਂ ਧਿਆਨ ਵੈਸੇ ਨਹੀਂ ਕਰਦੇ ਕਿ ਖੇਡ ਡੂੰਗਾ ਚਲਾ ਜਾਂਦਾ ਹੈ। ਪਰੰਤੂ ਇਹ ਖਤਰਨਾਕ ਹੋ ਸਕਦਾ ਹੈ। ਪਹਿਲਾਂ ਤੇਰੇ ਮਤ ਤੋਂ ਬਾਰੇ ਜਾਣ ਲੈਨੇ ਫੇਰ ਆਪਾਂ ਦੇਖਦੇ ਆ ਕਿਹੜੇ ਕਿਹੜੇ ਤਰੀਕੇ ਦੇ ਕਿੰਨਾ ਡੂੰਗਾ ਬੀਜ ਆਪਾਂ ਬੀਜਣਾ ਹੈ ਮੈਂ ਆ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਫਤਰੀ ਸਾਹਿਬ ਪਾਣੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਿਸਾਨ ਦੋਸਤੋ ਤਿੰਨ ਰੈਫਰੈਂਸ ਹੈ ਇੱਕ ਤਾਂ ਫੀਲਡ ਕ੍ਰੌਪਸ ਜਰਨਲ ਹੈ ਇਹਦਾ ਵੋਲੀਅਮ ਨੰਬਰ 9 ਹੈ ਪੇਜ 151 ਤੋਂ 162 ਦੇ ਉੱਪਰ ਇਹਨਾਂ ਨੇ ਦਿੱਤਾ ਹੈ ਕਿ ਇੱਕ ਜਿਹੜਾ ਰਿਸਰਚ ਕੀਤੀ ਗਈ ਜਿਹਦੇ ਵਿੱਚ ਇਹ ਦੇਖਿਆ ਗਿਆ ਕੇ ਕਣਕ ਦਾ ਜਿਹੜਾ ਬੀ ਸੀਗਾ ਉਹ 2 ਇੰਚ ਤੋਂ ਲੈ ਕੇ 8 ਇੰਚ ਤੱਕ ਦੀ ਨਗਾਈ ਤੇ ਬੀਜਿਆ ਗਿਆ 2 ਇੰਚ 3 ਇੰਚ 4 ਇੰਚ 5 ਇੰਚ 6 ਇੰਚ 7 ਇੰਚ 8 ਇੰਚ ਠੀਕ ਹੈ ਜਦੋਂ ਇਹਨੂੰ ਸਟੱਡੀ ਕੀਤਾ ਗਿਆ ਕਿ ਜਿਹੜੀ ਕਣਕ 8 ਇੰਚ ਤੇ ਬੀਜੀ ਸੀਗੀ ਉਹਦਾ ਲਗਭਗ 39 ਜਾਂ 40% ਝਾੜ ਘਟ ਗਿਆ ਕੇਵਲ 71% ਪਲਾਂਟ ਸਟੈਬਲਿਸ਼ਮੈਂਟ ਹੋਈ ਮੱਕੇ ਤੁਸੀਂ ਇਹ ਕਹੋ ਕਿ 29% ਬੂਟੇ ਹੀ ਘੱਟ ਖੇਤ ਦੇ ਵਿੱਚ ਉਗੇ। ਅੱਛਾ ਇਹਨਾਂ ਨੇ ਇਹ ਦੇਖਿਆ ਕਿ ਜਿਹੜੀ ਗੇਤੀ ਕਣਕ ਹੈ ਉਹ ਤਾਂ ਇੱਕ ਵਾਰੀ ਫੇਰ ਵੀ ਮਾੜਾ ਜਿਹਾ ਸਾਰ ਲੈਂਦੀ ਹੈ ਕਿ ਜੇ ਡੂੰਗੀ ਵਿਜੀ ਗਈ ਕਿਵੇਂ ਨਾ ਕਿਵੇਂ ਕਰਕੇ ਬਾਹਰ ਨਿਕਲਦੀ ਹੈ ਤੇ ਉਹਦੇ ਨਾਲ ਫਰਕ ਪੈਂਦਾ ਇਹ ਘੱਟ ਪੈਂਦਾ ਝਾੜ ਤੇ ਪਰantu ਜੇ ਕਣਕ ਤੁਹਾਡੀ ਵਿਛੇਤੀ ਹੋ ਗਈ ਤੇ ਉੱਤੋਂ ਤੁਸੀਂ ਵੀਚੀ ਡੂੰਗੀ ਫੇਰ ਝਾੜ ਦੇ ਉੱਤੇ ਕਾਫੀ ਜ਼ਿਆਦਾ ਮਾੜਾ ਅਸਰ ਪੈਂਦਾ ਹੈ। ਇੱਕ ਚੀਜ਼ ਹੋਰ ਦੇਖੀ ਗਈ। ਉਹ ਇਹ ਦੇਖਿਆ ਗਿਆ ਕਿ ਜੇ ਇਹਦਾ ਖੇਤ ਆਮ ਤੌਰ ਤੇ ਸੜਾ ਤਿਆਰ ਕੀਤਾ ਹੋਇਆ ਵਾਇਆ ਸਵਾਰਿਆ ਹੋਇਆ ਖੇਤ ਹੈ ਉਹਦੇ ਚਰਾ ਆਪਾਂ ਲੈਫਟ ਬਣਤੀ ਤੇ ਇੱਕ ਨਿਸ਼ਚਿਤ ਗਹਿਰਾਈ ਦੇ ਉੱਪਰ ਬੀ ਪੈਂਦਾ ਗਿਆ। ਪਰੰਤੂ ਕਈ ਵਾਰੀ ਖੇਤ ਚੰਗੇ ਤਿਕ ਨਾ ਬਣਿਆ ਨਹੀਂ ਹੁੰਦਾ। ਉੱਚਾ ਨੀਵਾ ਹੁੰਦਾ ਹੈ। ਰੋੜੇ ਹੁੰਦੇ ਹੈ ਜਾਂ ਜੇ ਪਰਾਲੀ ਵਿੱਚ ਵਾਈ ਹੋਈ ਹੈ ਤੇ ਪਰਾਲੀ ਦੇ ਕਰਕੇ ਉੱਚੀਆਂ ਨਵੀਆਂ ਢੇਰੀਆਂ ਹੁੰਦੀਆਂ। ਉਹੋ ਜੀ ਸਥਿਤੀ ਦੇ ਵਿੱਚ ਮੱਲੋ ਜੋਰੀ ਕੁਝ ਵੀ ਡੂੰਗਾ ਚਲਾਇਆ ਜਾਂਦਾ ਕੁਝ ਵੀ ਉੱਤੇ ਰਹਿ ਜਾਂਦਾ ਹੈ ਤਾਂ ਜਿੱਥੇ ਵੀ ਕਿਤੇ ਇਹੋ ਜੀ ਸਥਿਤੀ ਆਊਗੀ ਖੇਤ ਪਰਾਲੀ ਵਹੀ ਹੋਈ ਹੈ ਉੱਚੀ ਅਨੀਮੀਆ ਤੇ ਛਿਟੇਰੀਆਂ ਲੱਗੀਆਂ ਹੈ ਜਾਂ ਕੋਈ ਰੋਟਾਵੇਟਰ ਦੇ ਨਾਲ ਬੀਜ ਰਿਆ ਹੈਗਾ ਤਾਂ ਇਹੋ ਜੀ ਜਗ੍ਹਾ ਤੇ ਫਿਰ ਬੀ ਦੀ ਗਹਿਰਾਈ ਤਾਂ ਅਸੀਂ ਸਹੀ ਨਹੀਂ ਕਰ ਸਕਦੇ ਪਰੰਤੂ 10 ਤੋਂ 12% ਤੱਕ ਬੀ ਦੀ ਮਾਤਰਾ ਵਧਾ ਲੀਦੀ ਹੈ ਜੇ 40 ਕਿਲੋ ਪੌਣਾ 45 ਕਿਲੋ ਪਾਲੀ ਦਾ ਜੇ 45 ਕਿਲੋ ਪੌਣੇ ਦਾ 50 ਕਿਲੋ ਪਾਲੀ ਦਾ ਤਾਂ ਕਿ ਜਿਹੜਾ ਕੋਈ ਕੁਝ ਵੀ ਥੱਲੇ ਵੀ ਜਾਵੇ ਤਾਂ ਕੋਈ ਗੱਲ ਨਹੀਂ ਉੱਤੇ ਵੀ ਜ਼ਿਆਦਾ ਹੋਵੇ ਤੇ ਉਹ ਗਾਵੇ ਠੀਕ ਇੱਕ ਹੋਰ ਰਿਸਰਚ ਪੇਪਰ ਸੀਗਾ ਇਹ ਅਫਰੀਕਾ ਵਾਲਿਆਂ ਦਾ ਹੈ ਅਫਰੀਕਨ ਜਰਨਲ ਆਫ ਬਾਇਓ ਟੈਕਨੋਲੋਜੀ ਹੈ ਫਰਵਰੀ 2009 ਦੇ ਵਿੱਚ ਪਬਲਿਸ਼ ਹੋਇਆ ਸੀਗਾ ਇਹਨਾਂ ਨੇ ਵੀ ਇਸੇ ਚੀਜ਼ ਤੇ ਇੱਕ ਰਿਸਰਚ ਕੀਤੀ ਜੀ ਦੇ ਵਿੱਚ ਇਹਨਾਂ ਨੇ 3 5 7 ਤੇ 9 ਸੈਂਟੀਮੀਟਰ ਦੇ ਉੱਤੇ ਕਣਕ ਨੂੰ ਬੀਜ ਕੇ ਦੇਖਿਆ 3 5 7 9 ਇਹਨਾਂ ਨੇ ਦੇਖਿਆ ਕਿ 5 ਸੈਂਟੀਮੀਟਰ ਜਿਹਨੂੰ ਆਪਾਂ 2 ਇੰਚ ਕਹਿੰਦੇ ਆ 2 ਇੰਚ ਤੇ ਬੀਜੀ ਹੋਈ ਕਣਕ ਨੇ ਝਾੜ ਵਧ ਦਿੱਤਾ ਜੋ ਇਹਨਾਂ ਦੇ ਹਾਲਾਤ ਸੀਗੇ ਉਸ ਹਾਲਾਤ ਦੇ ਵਿੱਚ 3 ਸੈਂਟੀਮੀਟਰ ਵਾਲੀ ਨੇ ਘੱਟ ਝਾੜ ਦਿੱਤਾ 7 ਸੈਂਟੀਮੀਟਰ ਵਾਲੀ ਨੇ 22% ਝਾੜ ਘਟ ਗਈ ਜਿਹੜਾ ਬੀ ਇਹਨਾਂ ਨੇ 9 ਸੈਂਟੀਮੀਟਰ ਥੱਲੇ ਡੂੰਘਾ ਵਿਜਿਆ ਸੀਗਾ ਇਹ ਲਗਭਗ 4 ਇੰਚ ਦੇ ਜਿੰਦੇ ਚਲਾ ਗਿਆ ਹਨਾ ਤਾਂ ਉਹ ਜਿਹੜਾ ਬੀ ਸੀਗਾ ਉਹਦਾ 56% ਤੱਕ ਝਾੜ ਘਟ ਗਿਆ 56% ਤਾਂ ਇਸ ਹਿਸਾਬ ਦੇ ਨਾਲ ਇੱਕ ਹੋਰ ਪੇਪਰ ਹੈ ਜਿਹਦੇ ਵਿੱਚ ਇਹ ਦੇਖਿਆ ਗਿਆ ਕਿ ਜਿਵੇਂ ਜਿਵੇਂ ਤੁਸੀਂ ਜਿਹੜਾ ਹੈਗਾ 3 ਇੰਚ ਤੋਂ ਉੱਪਰ ਡੂੰਘਾਈ ਵਧਾਉਣੀ ਚਾਹੋ ਨੇ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਝਾੜ ਘਟਦਾ ਜਾਂਦਾ ਹੈ ਬੈਸਟ ਸਹੀ ਡੰਗਾਈ ਕਿੰਨੀ ਹੈ ਵੱਖ-ਵੱਖ ਚੀਜ਼ਾਂ ਦੇ ਲਈ ਇਹਦੇ ਉੱਪਰ ਵੀ ਕੰਮ ਕੀਤਾ ਸਾਡੇ ਜਿਹੜੇ ਹੈਗੇ ਆ ਐਗਰੋਨੋਮਿਸਟ ਹੈ ਉਹਨਾਂ ਨੇ ਹੁਣ ਇੱਕ ਗੱਲ ਹੈ ਕਿ ਦੇਖੋ ਤੁਹਾਡੀ ਇੱਥੇ ਮਜਬੂਰੀ ਹੈ ਜੇ ਖੇਤ ਗਿੱਲ ਨਹੀਂ ਹੈਗੀ ਤਾਂ ਗਿੱਲ ਬਣਾਉਣ ਵਾਸਤੇ ਸਾਨੂੰ ਥੱਲੇ ਜਾਣਾ ਪੈਂਦਾ ਹੈ ਪਰੰਤੂ ਉਹੋ ਜੀ ਸਥਿਤੀ ਦੇ ਵਿੱਚ ਆਪ ਦਾ ਗਿੱਲ ਮੇਨਟੇਨ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਆਪਾਂ ਇੱਕ ਅਲੱਗ ਵੀਡੀਓ 'ਚ ਗੱਲ ਕਰ ਲਾਂ ਗਿੱਲ ਘਟਾ ਦਾ ਕੀ ਕੀ ਕਰਨਾ ਹੈਗਾ ਠੀਕ ਪਰੰਤੂ ਥੱਲੇ ਜਾਣਾ ਕੋਈ ਚੰਗਾ ਕੰਮ ਨਹੀਂ ਹੈਗਾ ਜਿਹੜੀ ਜਗ੍ਹਾ ਤੇ ਤੁਸੀਂ ਹੈਪੀ ਸੀਡਰ ਦੇ ਨਾਲ ਬੀਜ ਰਹੇ ਹੋ ਖੇਤ ਪਰਾਲੀ ਹੈ ਆ ਸੌਸ ਖੇਤ ਦੇ ਵਿੱਚ ਇਸ ਧਾਰਨ ਖੇਤ ਦੇ ਵਿੱਚ ਫਰਕ ਰਹੇਗਾ ਠੀਕ ਹੈ ਜ਼ੀਰੋ ਡ੍ਰਿਲ ਦਾ ਦੂਜੀ ਨਾਲ ਫਰਕ ਰਹੇਗਾ ਹਾਂ ਜਿਹੜਾ ਪਿਛਲੇ ਸਾਲ ਹੋਇਆ ਸੀਗਾ ਕਿ ਤੁਹਾਡੇ ਕੋਲੇ ਕੀ ਹੈ ਕਿ ਜਿਹੜਾ ਦਾਣਾ ਹੈ ਦਾਣਾ ਬਹੁਤ ਬਰੀਕ ਹੈ ਤੁਹਾਡਾ ਜਿਹੜਾ ਬਰੀਕ ਦਾਣਾ ਹੈ ਬਰੀਕ ਦਾਣੇ ਦੀ ਉੱਗਣ ਸ਼ਕਤੀ ਹੈਗੀ ਹੈ ਪਰੰਤੂ ਉਹਦੇ ਵਿੱਚ ਪੂਰੀ ਖੁਰਾਕ ਨਹੀਂ ਹੈਗੀ ਮੈਂ ਇੱਕ ਇਹ ਜਿਹੜਾ ਮੇਰੇ ਕੋਲ ਲਾਸਟ ਵਾਲਾ ਪੇਪਰ ਸੀਗਾ ਜਿਹੜਾ ਕਿ ਨਾ ਢਾਕਾ ਵਾਲਿਆਂ ਦਾ ਹੈਗਾ ਇਹ ਸ਼ੇਰ ਬੰਗਲਾ ਯੂਨੀਵਰਸਿਟੀ ਵਾਲਿਆਂ ਦਾ ਇਹ ਇਹ ਕਹਿੰਦੇ ਆ ਕਿ ਜਦੋਂ ਅਸੀਂ ਗਹਿਰਾਈ ਯਾਰਾ ਕਰ ਦਿੰਨੇ ਆ ਤਾਂ ਉਸ ਸਮੇਂ ਕਈ ਬੂਟੇ ਬਾਹਰ ਹੀ ਨਹੀਂ ਨਿਕਲ ਪਾਉਂਦੇ ਔ ਥੱਲੇ ਹੀ ਮੁੜ ਜਾਂਦੇ ਆ ਕਾਰਨ ਕੀ ਹੁੰਦਾ ਹੈ ਕਿ ਜਿੰਨਾਕ ਦਾਣੇ ਦੇ ਵਿੱਚ ਖੁਰਾਕ ਸਟੋਰ ਹੁੰਦੀ ਹੈ ਨਾ ਉਹ એનર્ਜੀ ਥੱਲੇ ਖਤਮ ਹੋ ਜਾਂਦੀ ਹੈ ਤਾਂ ਫਿਰ ਜੇ ਦਾਣਾ ਮੋਟਾ ਹੈਗਾ ਤੇ ਜਿਉ ਪੂਰਾ ਡੂੰਗਾ ਵੀ ਵਿਜਿਆ ਗਿਆ ਤਾਂ ਚੱਕ ਲੇਗਾ ਸਾਡਾ ਸਿੱਧਾ ਜਿਹਾ ਹਿਸਾਬ ਹੈ ਅਸੀਂ ਕਿਸੇ ਵੀ ਫਸਲ ਦੀ ਕਿੰਨਾ ਡੂੰਗਾ ਬੀਜਣਾ ਕਿਵੇਂ ਨਿਸ਼ਚਿਤ ਕਰਦੇ ਹਾਂ ਉਹਦਾ ਇੱਕ ਫਾਰਮੂਲਾ ਹੈ ਕਿ ਜਿੰਨਾ ਬੀਜ ਮੋਟਾ ਹੈਗਾ ਓਨਾ ਜ਼ਿਆਦਾ ਡੂੰਗਾ ਜਾ ਸਕਦਾ ਹੈ ਓਨੀ ਉਹ ਚ ਖੁਰਾਕ ਜ਼ਿਆਦਾ ਹੈ ਤਾਂ ਜਿਹੜਾ ਹੁਣ ਪਿਛਲੇ ਸਾਲ ਕਣਕਾਂ ਬਰੀਕ ਪਈਆਂ ਜੇ ਬਰੀਕ ਵਾਲੀ ਕਣਕ ਨੂੰ ਜ਼ਿਆਦਾ ਡੂੰਗਾ ਬੀਜਤਾ ਉਹਦਾ ਬਾਹਰ ਨਹੀਂ ਹੋਣੀ ਉਹ ਇਹ ਧਿਆਨ ਰੱਖ ਲਿਓ ਯੋ ਇਸ ਕਰਕੇ ਛਾਨ ਨਾਲ ਮਰ ਕੇ ਮੋਟਾ ਬੀਲੇ ਤਿਆਰ ਕਰੋ ਠੀਕ ਹੈ ਹੁਣ ਆਹ ਨੋਟ ਕਰ ਲਓ ਕਿ ਕਿੰਨੀ ਕਿੰਨੀ ਗਹਿਰਾਈ ਤੇ ਕਿਹੜਾ ਕਿਹੜਾ ਬੀ ਤੁਸੀਂ ਬੀਜਣਾ ਹੈ ਕਿ ਜਿਵੇਂ ਕਿ ਜਿਹੜਾ ਖੇਤ ਵਾਹਿਆ ਤੇ ਸਵਾਰਿਆ ਹੋਇਆ ਖੇਤ ਹੈਗਾ ਤੁਸੀਂ ਡਰਿੱਲ ਦੇ ਨਾਲ ਬੀਜ ਰਹੇ ਹੋ ਤਾਂ ਉਥੇ 4 ਤੋਂ 6 ਸੈਂਟੀਮੀਟਰ ਦੇ ਵਿਚਾਲੇ ਗਹਿਰਾਈ ਹੋਏਗੀ ਬੈਸਟ ਹੈ ਮਤਲਬ ਕਿ ਲਗਭਗ ਡੂੜਕ ਇੰਚ ਤੋਂ ਲੈ ਕੇ 2.5 ਇੰਚ ਦੇ ਨੇੜੇ 2.4 ਇੰਚ ਤੱਕ ਸਹੀ ਫਿਗਰ 2.4 ਇੰਚ ਆ ਆ ਮੈਂ ਲਿਖ ਦਿੱਤੀ ਇੱਥੇ ਡਰਲ ਦੇ ਲਈ ਠੀਕ ਜੇ ਤੁਸੀਂ ਦੋ ਪਾਸੇ ਨੂੰ ਬੀਜ ਰਹੇ ਹੋ ਪਹਿਲਾਂ ਚੜਦੇ ਲੈਂਦੇ ਤੇ ਮੁੜ ਕੇ ਡਾਗਾ ਦੱਖਣ ਪਹਾੜ ਕ ਬੀਜਣੀ ਦੂਰੀ ਬਜਾਈ ਕਰਨੀ ਹੈ ਤਾਂ ਫਿਰ ਬੀ ਦੀ ਗ੍ਰਾਈ ਤਾਂ ਤੁਸੀਂ 4 ਸੈਂਟੀਮੀਟਰ ਕਰ ਲੈਣੀ ਹੈ 4 ਸੈਂਟੀਮੀਟਰ ਮਤਲਬ ਕਿ 1.6 ਇੰਚ ਠੀਕ ਜੇ ਤੁਸੀਂ ਹੈਪੀ ਸੀਡਰ ਦੇ ਨਾਲ ਬੀਜ ਰਹੇ ਹੋ ਹੁਣ ਦੇਖੋ ਆਮ ਖੇਤ ਦੇ ਵਿੱਚ ਆਪਾਂ ਇਹ ਕਹਿੰਨੇ ਆ ਕਿ 4 ਤੋਂ 6 ਸੈਂਟੀਮੀਟਰ ਡੂੰਗਾ ਮਤਲਬ ਕਿ 1.6 ਤੋਂ 2.4 ਇੰਚ ਡੂੰਗਾ ਵੀ ਤੁਸੀਂ ਬੀ ਸਕਦੇ ਹੋ ਪਰੰਤੂ ਜੇ ਹੈਪੀ ਸੀਡ ਦਾ ਬੀਜ ਰਹੀਆਂ ਕਿਉਂਕਿ ਉੱਤੇ ਪਰਾਲੀ ਵੀ ਹੈ ਨਾ ਉਹਦੇ ਤਾਂ ਇੱਥੇ ਤੁਸੀਂ 3 ਤੋਂ 5 ਸੈਂਟੀਮੀਟਰ ਡੂੰਗਾ ਹੀ ਬੀ ਬੀਜਣਾ ਹੈ ਮਤਲਬ ਕਿ ਡੇਢ ਤੋਂ 2 ਇੰਚ ਦੇ ਲਗਭਗ ਸੁਪਰ ਸੀਟਰ ਦੇ ਵਿੱਚ ਅਜ ਇਕਬੀਰ ਦਾ ਫੋਨ ਆਇਆ ਕਿ 4 ਇੰਚ ਤੇ ਵੀ ਜੀ ਜਾਂਦਾ 10 ਸੈਂਟੀਮੀਟਰ ਤੇ ਫੇ 10 ਸੈਂਟੀਮੀਟਰ ਤੇ ਵੀਜੀ ਜਾਂਦਾ ਤਾਂ ਉਹ ਬੰਗਲਾ ਵਾਲਿਆਂ ਨੇ ਕਿਹਾ ਸੀ ਕਿ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਝਾੜ ਘਟ ਗਿਆ ਸੀਗਾ ਤਾਂ ਉਹ ਨੁਕਸਾਨ ਕਰੇਗਾ ਤਾਂ ਸੁਪਰ ਸੀਟਰ ਦੇ ਵਿੱਚ ਤੁਸੀਂ ਜਿਹੜਾ ਹੈਗਾ 3 ਤੋਂ 5 ਸੈਂਟੀਮੀਟਰ ਮੱਕੇ ਡੇਢ ਤੋਂ 2 ਇੰਚ ਵੀ ਡੂੰਘਾ ਵੀ ਨਹੀਂ ਇਸ ਤੋਂ ਵੱਧ ਨਹੀਂ ਜੇ ਜ਼ੀਰੋ ਡ੍ਰਿਲ ਕਰ ਰਹੇ ਹਾਂ ਜ਼ੀਰੋ ਡ੍ਰਿਲ ਦੇ ਵਿੱਚ ਵੀ ਸੇਮ ਹੀ ਰਹਿਣਾ ਹੈ 4 ਤੋਂ 6 ਸੈਂਟੀਮੀਟਰ ਮਤਲਬ ਕਿ 1.6 ਤੋਂ 2.4 ਇੰਚ ਜਿਹੜੋਂ ਆਪਾਂ ਕਵਾਂਗੇ ਲਗਭਗ ਐਵਰੇਜ ਕੱਢ ਲਈਏ ਤਾਂ 5 ਸੈਂਟੀਮੀਟਰ ਜਾਂ 2 ਇੰਚ ਇੰਨਾ ਕੋਈ ਡੂੰਗਾ ਹੋਣਾ ਚਾਹੀਦਾ ਹੈ ਠੀਕ ਹੈ ਕਿ 869 ਵੈਰਾਈਟੀ ਆਈ ਹੈ ਇਹਦੀ ਜਿਹੜੀ ਕੈਲੋ ਪਟਾਈਲ ਦੀ ਲੈਂਥ ਹੁੰਦੀ ਹੈ ਉਹ ਵੱਡੀ ਹੁੰਦੀ ਹੈ ਤਾਂ ਉਹ ਜੇ ਪੂਰਾ ਡੂੰਗਾ ਵੀ ਹੋਗਾ ਤਾਂ ਚੱਲ ਜਾਏਗਾ ਤਾਂ ਆਹ ਧਿਆਨ ਰੱਖਿਓ ਜੋ ਬਾਕੀ ਜਿਹੜੇ ਸਾਲ ਮੌਸਮ ਜਿਆਦਾ ਠੰਡਾ ਹੋ ਜਾਂਦਾ ਹੈ ਉਹ ਸਾਲ ਤਾਂ ਡੂੰਗਾ ਬੀਜਾਂ ਕਣ ਕੁੱਗਦੀ ਹੀ ਨਹੀਂਗੀ ਜੇ ਗਰਮੀ ਪੈ ਰਹੀ ਹੈ ਤਾਂ ਕਣਕ ਕੋਈ ਗੱਲ ਨਹੀਂ ਥੱਲਿਓਂ ਨਿਕਲ ਆਉਂਦੀ ਹੈ ਪਰੰਤੂ ਜੇ ਠੰਡ ਪੈ ਲੱਗੀ ਪਛੇਤੇ ਹੋਗੇ ਫਿਰ ਬੜਾ ਨੁਕਸਾਨ ਹੋ ਜਾਏਗਾ ਕਣਕ ਨੇ ਉਗਣ ਇਸ ਕਰਕੇ ਜਿਹੜੇ ਆ ਤੁਹਾਨੂੰ ਗਹਿराई ਦੱਸੀ ਹੈ ਇਹਦਾ ਧਿਆਨ ਰੱਖਿਓ ਜੋ ਠੀਕ ਹੈ ਡ੍ਰਿਲ ਦੇ ਨਾਲ ਲਗਭਗ 1 4 ਤੋਂ 6 ਸੈਂਟੀਮੀਟਰ ਦੂਰੀ ਵਜਾਈ 4 ਸੈਂਟੀਮੀਟਰ ਹੈਪੀ ਸਿਡਰ ਸੁਪਰ ਸਿਡਰ 3 ਤੋਂ 5 ਸੈਂਟੀਮੀਟਰ ਜ਼ੀਰੋ ਡ੍ਰਿਲ 4 ਤੋਂ 6 ਸੈਂਟੀਮੀਟਰ ਇਹਨਾਂ ਨੂੰ ਇੰਚਾਂ ਚ ਵਟਲਿਓ ਜੋ ਠੀਕ ਹੈ ਉਮੀਦ ਹੈ ਜਾਣ ਕੇ ਲਾਇਵਾਂ ਸਭ ਤੋਂ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਜੇ ਪਛੇਤੇ ਹੋਗੇ ਫੇਰ ਆ ਗਲਤੀ ਨਾ ਕਰ ਲਿਓ ਡੂੰਗਾ ਬੀਜਣ ਵਾਲੀ ਠੀਕ ਹੈ ਇਹ ਧਿਆਨ ਰੱਖਿਓ